और ਕੋਆਰਡੀਨੇਟਰ ਪੰਜਾਬ ਸਿਵਲ ਸੈਕਟਰੀ ਸਟਾਫ ਐਸੋਸੀਏਸ਼ਨ ਸਮੂਹ ਮੁਲਾਜ਼ਮ ਸਾਥੀਆਂ ਦੇ ਧਿਆਨ ਵਿੱਚ ਲਿਆਨਾ ਅੱਜ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅਤੇ ਡਾਇਰੈਕਟੋਰੇਟ ਦੀਆਂ ਜਥੇਬੰਦੀਆਂ ਵੱਲੋਂ ਮੋਰਿੰਡਾ ਵਿਖੇ ਮਾਨਯੋਗ ਸੀਐਮ ਸਾਹਿਬ ਨਾਲ ਮੁਲਾਜ਼ਮ ਮੁੱਦਿਆਂ ਬਾਰੇ ਗੱਲਬਾਤ ਕੀਤੀ ਗਈ ਸੀ। ਜਦ ਮੁਲਾਜ਼ਮ ਮੁੱਦਿਆਂ ਬਾਰੇ ਗੱਲਬਾਤ ਦੌਰਾਨ ਤਿੰਨ ਗੱਲਾਂ ਫਾਈਨਲ ਹੋਈਆਂ। ਇੱਕ ਤਾਂ ਮੁਲਾਜ਼ਮਾਂ ਲਈ 11% ਡੀਏ, ਉਹਦੇ ਬਾਅਦ 2016 ਦੇ ਬਾਅਦ ਭਰਤੀ ਮੁਲਾਜ਼ਮਾਂ ਲਈ 15% ਦਾ ਵਾਧਾ, ਇਹ ਤੋਂ ਇਲਾਵਾ ਪੇ ਕਮਿਸ਼ਨ ਦੇ ਵਿੱਚ ਆਪਸ਼ਨ ਦੇਣ ਸੰਬੰਧੀ ਕਿ ਡੇਟ ਆਫ ਪ੍ਰਮੋਸ਼ਨ ਤੋਂ ਆਪਸ਼ਨ ਲੈਣਾ ਚਾਹੁੰਦਾ ਬੰਦਾ ਜਾਂ 1/16 ਤੋਂ, ਤਾਂ ਇਸ ਸੰਬੰਧੀ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਆਪਣੀ ਸਹਿਮਤੀ ਜਿਤਾਈ ਗਈ ਅਤੇ ਉਹਨਾਂ ਨੂੰ ਇਹ ਵਾਅਦਾ ਕੀਤਾ ਗਿਆ ਕਿ ਅੱਜ ਦੀ ਪ੍ਰੈਸ ਰਿਲੀਜ਼ ਵਿੱਚ ਮੇਰੇ ਵੱਲੋਂ ਇਹ ਬਿਆਨ ਉੱਥੇ ਦੇ ਦਿੱਤਾ ਜਾਏਗਾ। ਤਾਂ ਅੱਜ ਜਦ ਸ਼ਾਮ ਨੂੰ ਪ੍ਰੈਸ ਰਿਲੀਜ਼ ਹੋਈ ਸੀਐਮ ਸਾਹਿਬ ਦੀ, ਤਾਂ ਉਹਦੇ ਵਿੱਚ ਜਿਹੜਾ ਡੀਏ ਦਾ ਮੁੱਦਾ ਤਾਂ ਉਹਨਾਂ ਨੇ ਦੱਸਤਾ ਕਿ 11% ਦਿੱਤਾ ਗਿਆ, ਪਰ 1/16 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ 15% ਹਾਈਕ ਬਾਰੇ ਉਹਨਾਂ ਵੱਲੋਂ ਬਿਆਨ ਦੇ ਵਿੱਚ ਕੁਛ ਨਹੀਂ ਕਿਹਾ ਗਿਆ। ਇਸ ਸੰਬੰਧੀ ਸਾਡੇ ਪ੍ਰਧਾਨ ਸ਼੍ਰੀ ਸੁਖਚੈਨ ਸਿੰਘ ਖਹਿਰਾ ਜੀ ਵੱਲੋਂ ਪ੍ਰੈਸ ਕਾਨਫਰੰਸ ਦੇ ਤੁਰੰਤ ਬਾਅਦ ਮਾਨਯੋਗ ਮੁੱਖ ਮੰਤਰੀ ਨਾਲ ਮੁੜ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਵੀ ਧਿਆਨ ਲਿਆ ਗਿਆ ਕਿ ਜਿਹੜਾ ਇਹ ਮੁੱਦਾ ਆਪ ਜੀ ਵੱਲੋਂ ਅਨਾਊਂਸ ਨਹੀਂ ਕੀਤਾ ਗਿਆ, ਤਾਂ ਮਾਨਯੋਗ ਸੀਐਮ ਸਾਹਿਬ ਵੱਲੋਂ ਦੱਸਿਆ ਗਿਆ ਕਿ ਮੇਰੇ ਤੋਂ ਇਹ ਮੁੱਦਾ ਸਕਿੱਪ ਹੋ ਗਿਆ। ਉਹਨਾਂ ਨੇ ਨਾਲ ਦੀ ਨਾਲ ਹੀ ਮਾਨਯੋਗ ਸੀਐਸ ਸਾਹਿਬ ਨੂੰ ਫੋਨ 'ਤੇ ਗੱਲ ਕਹੀ ਕਿ ਇਹ ਮੁੱਦਾ ਮੇਰੀ ਅੱਜ ਦੀ ਪ੍ਰੈਸ ਰਿਲੀਜ਼ ਦੇ ਵਿੱਚ ਪਾ ਦਿੱਤਾ ਜਾਵੇ। ਤਾਂ ਸਾਥੀਓ, ਜੋ ਆਸ਼ਵਾਸਨ ਦਿੱਤਾ ਸਵੇਰੇ ਪ੍ਰੈਸ ਰਿਲੀਜ਼ ਆ ਜਾਏਗੀ, ਉਹ ਤੋਂ ਸਪਸ਼ਟ ਹੋ ਜਾਏਗਾ ਸਾਰਾ ਕੁਛ। ਇਹ ਤੋਂ ਇਲਾਵਾ ਜੇਕਰ ਕੁਛ ਇਹੋ ਜਿਹਾ ਨਹੀਂ ਸਾਨੂੰ ਆਸ਼ਵਾਸਨ ਮਿਲਦਾ ਸਰਕਾਰ ਤੋਂ, ਤਾਂ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸੈਕਟਰੀ ਸਟਾਫ ਐਸੋਸੀਏਸ਼ਨ ਹਰ ਐਕਸ਼ਨ ਲਈ ਤਿਆਰ ਬਰ ਤਿਆਰ ਹੈ। ਪਹਿਲਾਂ ਵੀ ਜਿਹੜਾ ਇਹ ਮੁੱਦਾ ਹੈ ਫਾਈਲਾਂ 'ਤੇ ਵੀ ਟੇਕਅਪ ਹੋ ਚੁੱਕਿਆ ਹੈ, ਵੈਸੇ ਕੱਲ੍ਹ ਤੱਕ ਸਾਰੀ ਜਿਹੜੀ ਤਸਵੀਰ ਸਪਸ਼ਟ ਹੋ ਜਾਏਗੀ। ਪੰਜਾਬ ਸਿਵਲ ਸੈਕਟਰੀ ਸਟਾਫ ਐਸੋਸੀਏਸ਼ਨ ਹਮੇਸ਼ਾ ਹੀ ਆਪਣੀ ਭਰਾਤਰੀ ਜਥੇਬੰਦੀਆਂ ਨਾਲ ਖੜੀ ਸੀ, ਖੜੀ ਹੈ ਅਤੇ ਖੜੀ ਰਹੇਗੀ। ਧੰਨਵਾਦ ਸਾਥੀਓ।